31 ਮਾਰਚ 1970 ਨੂੰ ਜਾਪਾਨ ਵਿੱਚ ਫਲਾਈਟ 351 ਟੋਕੀਓ 에어ਪੋਰਟ ਤੋਂ ਫੁਕੋਕਾ 에어ਪੋਰਟ ਦੇ ਵੱਲ ਜਾਣ ਦੇ ਲਈ ਉਡਾਨ ਭਰਦੀ ਆ ਤੇ ਇਸ ਫਲਾਈਟ ਨੂੰ ਸਕੂਲ ਤੇ ਕਾਲਜ ਦੇ ਵਿੱਚ ਪੜ੍ਹਦੇ ਕੁਝ ਕੁ ਸਟੂਡੈਂਟ ਹਾਈਜੈਕ ਕਰ ਲੈਂਦੇ ਆ ਉਹ ਇੱਕ ਕਮਿਊਨਿਸਟ ਰੈਵੋਲੂਸ਼ਨ ਦਾ ਹਿੱਸਾ ਹੁੰਦੇ ਆ ਤੇ ਉਹ ਇਸ ਜਹਾਜ਼ ਨੂੰ ਹਾਈਜੈਕ ਕਰਕੇ ਕਿਊਬਾ ਦੇਸ਼ ਦੇ ਵੱਲ ਜਾਣਾ ਚਾਹੁੰਦੇ ਹੁੰਦੇ ਆ ਤੇ ਜਦੋਂ ਹੀ ਇਹ ਜਹਾਜ਼ ਹਾਈਜੈਕ ਹੋ ਜਾਂਦਾ ਤਾਂ ਇੱਕ ਬਹੁਤ ਹੀ ਵਧੀਆ ਟਰੈਕ ਦੇ ਨਾਲ ਇਹਨਾਂ ਹਾਈਜੈਕਰਾਂ ਨੂੰ ਫੜਿਆ ਜਾਂਦਾ ਤੇ ਇਸ ਜਹਾਜ਼ ਦੇ ਸਾਰੇ ਦੇ ਸਾਰੇ ਯਾਤਰੀਆਂ ਨੂੰ ਬਿਨਾ ਕਿਸੇ ਵੀ ਯਾਤਰੀ ਨੂੰ ਨੁਕਸਾਨ ਪਹੁੰਚਾਏ ਸਾਰੇ ਦੇ ਸਾਰੇ ਯਾਤਰੀਆਂ ਨੂੰ ਬਚਾਇਆ ਜਾਂਦਾ ਤੇ ਇਹ ਜਾਪਾਨ ਦੇ ਇਤਿਹਾਸ ਦੀ ਪਹਿਲੀ ਹਾਈਜੈਕਿੰਗ ਹੁੰਦੀ ਆ ਤੇ ਕਈ ਦੇਸ਼ਾਂ ਨੂੰ ਇਸ ਹਾਈਜੈਕਿੰਗ ਤੋਂ ਸਬਕ ਲੈਣ ਦੀ ਜ਼ਰੂਰਤ ਆ ਕਿਉਂਕਿ ਕਿਸ ਤਰੀਕੇ ਦੇ ਨਾਲ ਜਾਪਾਨ ਦੀ ਸਰਕਾਰ ਨੇ ਇੱਕ ਟਰੈਕ ਦੇ ਨਾਲ ਸਾਰੇ ਦੇ ਸਾਰੇ ਯਾਤਰੀਆਂ ਨੂੰ ਬਚਾਲਿਆ ਸੀ ਤੇ ਹਾਈਜੈਕਰ ਵੀ ਫੜ ਲਏ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਸ ਹਾਈਜੈਕਿੰਗ ਦੇ ਬਾਰੇ ਗੱਲ ਕਰਾਂਗੇ ਫਲਾਈਟ 351 ਜਦੋਂ 31 ਮਾਰਚ 1970 ਨੂੰ ਜਾਪਾਨ ਦੇ ਟੋਕਿਓ 에ਰਪੋਰਟ ਤੋਂ ਉਡਾਨ ਭਰਦੀ ਆ ਨਾ ਤਾਂ ਇਸ ਫਲਾਈਟ ਦੇ ਵਿੱਚ ਤਕਰੀਬਨ 122 ਯਾਤਰੀ ਸੀ ਜਿਹੜੇ ਕਿ ਕਾਫੀ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਸੀ ਜ਼ਿਆਦਾਤਰ ਉਹ ਯਾਤਰੀ ਸੀ ਐਸ ਦੇ ਵਿੱਚ ਤੇ ਇਸ ਫਲਾਈਟ ਦੇ ਵਿੱਚ ਕੁਝ ਕ ਕਾਲਜ ਤੇ ਸਕੂਲਾਂ ਦੇ ਵਿੱਚ ਪੜ੍ਹਦੇ ਸਟੂਡੈਂਟ ਵੀ ਸੀਗੇ ਤੇ ਕਈ ਹੋਰ ਵੀ ਅਮੀਰ ਯਾਤਰੀ ਇਸ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਆ ਜਦੋਂ ਇਹ ਫਲਾਈਟ ਟੇਕ ਆਫ ਕਰਦੀ ਆ ਤਾਂ 20 ਮਿੰਟਾਂ ਬਾਅਦ ਇੱਕ ਲਾਲ ਕੱਪੜੇ ਪਾਏ ਇਨਸਾਨ ਜਿਹਦਾ ਨਾਂ ਹੁੰਦਾ ਟੋਕੋ ਮਾਰੋ ਤਾਮੀਆ ਉਹ ਆਪਣੀ ਸੀਟ ਦੇ ਉੱਪਰ ਉੱਠਦਾ ਤੇ ਉਹ ਇਹ ਅਨਾਉਂਸ ਕਰਦਾ ਕਿ ਉਸਨੇ ਇਹ ਜਹਾਜ਼ ਨੂੰ ਹਾਈਜੈਕ ਕਰ ਲਿਆ ਪਰ ਉਹਦੀ ਇਸ ਗੱਲ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ ਕਿਉਂਕਿ ਉਸ ਦਿਨ ਤੱਕ ਜਾਪਾਨ ਦੇ ਇਤਿਹਾਸ ਦੇ ਵਿੱਚ ਕਦੇ ਵੀ ਕੋਈ ਵੀ ਫਲਾਈਟ ਦੀ ਹਾਈਜੈਕਿੰਗ ਨਹੀਂ ਹੋਈ ਸੀ ਤਾਂ ਕਰਕੇ ਲੋਕ ਕੋਈ ਵੀ ਸੀਰੀਅਸ ਨਹੀਂ ਲੈਂਦੇ ਉਹਨਾਂ ਨੂੰ ਲੱਗਦਾ ਕਿ ਐਵੇਂ ਕੋਈ ਮਜ਼ਾਕ ਕਰ ਰਿਹਾ ਪਰ ਨਾਲ ਦੀ ਨਾਲ ਹੀ ਜਦੋਂ ਲੋਕੋ ਨੂੰ ਸੀਰੀਅਸ ਨਹੀਂ ਲੈਂਦੇ ਤਾਂ ਉਹ ਆਪਣੀ ਇੱਕ ਕਿਰਪਾਨ ਕੱਢਦਾ ਤੇ ਸਾਰੇ ਦੇ ਸਾਰੇ ਲੋਕਾਂ ਨੂੰ ਦਿਖਾਉਣ ਲੱਗ ਜਾਂਦਾ ਕਿ ਉਸਨੇ ਸੀਰੀਅਸਲੀ ਇਸ ਜਹਾਜ਼ ਨੂੰ ਹਾਈਜੈਕ ਕੀਤਾ ਤੇ ਹੁਣ ਜਿਸ ਤਰੀਕੇ ਦੇ ਨਾਲ ਉਹ ਆਰਡਰ ਦੇਵੇਗਾ ਲੋਕਾਂ ਨੂੰ ਉਹ ਫਾਲੋ ਕਰਨੇ ਪੈਣੇ ਆ ਤੇ ਇਹੇ ਹਜੇ ਉਹ ਇਹ ਗੱਲਾਂ ਕਹਿ ਹੀ ਰਿਹਾ ਹੁੰਦਾ ਕਿ ਉਸੇ ਹੀ ਫਲਾਈਟ ਦੇ ਵਿੱਚੋਂ ਕੁਝ ਕੁ ਹੋਰ ਸਟੂਡੈਂਟ ਉੱਠਦੇ ਆ ਜਿਹੜੇ ਕਿ ਜਾਪਾਨ ਦੀ ਟੋਕਿਓ ਯੂਨੀਵਰਸਿਟੀ ਦੇ ਸਟੂਡੈਂਟ ਹੁੰਦੇ ਆ ਤੇ ਉਹੋ ਵੀ ਆਪਣੀਆਂ ਕਿਰਪਾਨਾਂ ਕੱਢ ਕੇ ਕਹਿੰਦੇ ਆ ਕਿ ਉਹ ਵੀ ਇਸ ਟੋਕੋ ਮਾਰੋ ਤਾਮੀਆਂ ਦੇ ਨਾਲ ਆ ਉਹਨਾਂ ਨੇ ਵੀ ਇਸ ਜਹਾਜ ਹਾਈਜੈਕਿੰਗ ਦੇ ਵਿੱਚ ਇਸ ਦਾ ਸਾਥ ਦਿੱਤਾ ਤੇ ਉਹਨਾਂ ਦੇ ਕੋਲ ਵੀ ਕਾਫੀ ਤਲਵਾਰਾਂ ਇਹਦੇ ਤੋਂ ਇਲਾਵਾ ਪਿਸਤੌਲ ਤੇ ਬੰਬ ਵੀ ਹੁੰਦੇ ਆ ਤੇ ਉਸ ਤੋਂ ਬਾਅਦ ਇਹ ਐਨਾਨਸ ਕਰਦੇ ਆ ਕਿ ਇਹ ਜਹਾਜ਼ ਹਾਈਜੈਕ ਹੋ ਚੁੱਕਿਆ ਤੇ ਪਾਇਲਟ ਨੂੰ ਦੱਸ ਦਿਆ ਕਿ ਇਹ ਜਹਾਜ਼ ਨੂੰ ਹੁਣ ਕਿਊਬਾ ਦੇਸ਼ ਦੇ ਵੱਲ ਮੋੜ ਲਿਆ ਜਾਵੇ ਪਰ ਪਾਇਲਟ ਉਨਾ ਹਾਈਜੈਕਰਾਂ ਨੂੰ ਸਮਝਾਉਣ ਦੇ ਵਿੱਚ ਸਫਲ ਰਹਿੰਦਾ ਕਿ ਇਸ ਜਹਾਜ਼ ਦੇ ਵਿੱਚ ਇੰਨਾ ਫਿਊਲ ਨਹੀਂਗਾ ਕਿ ਇਹਨੂੰ ਕਿਊਬਾ ਦੇਸ਼ ਤੱਕ ਲਜਾਇਆ ਜਾ ਸਕਿਆ ਕਿਉਂਕਿ ਜਾਪਾਨ ਤੋਂ ਕਿਊਬਾ ਦੀ ਜਿਹੜੀ ਦੂਰੀ ਆ ਉਹ ਕਾਫੀ ਜ਼ਿਆਦਾ ਹੁੰਦੀ ਆ ਤਾਂ ਕਰਕੇ ਹਾਈਜੈਕਰਾਂ ਨੂੰ ਇਹ ਗੱਲ ਸਮਝਾਈ ਜਾਂਦੀ ਆ ਕਿ ਜਹਾਜ਼ ਕਿਸੇ ਵੀ ਤਰੀਕੇ ਕਿਊਬਾ ਦੇਸ਼ ਤੱਕ ਨਹੀਂ ਜਾ ਸਕਦਾ ਤੇ ਹਾਈਜੈਕਰਾਂ ਨੂੰ ਇਹ ਕਿਹਾ ਜਾਂਦਾ ਕਿ ਫਕੋਕਾ 에ਅਰਪੋਰਟ ਦੇ ਉੱਪਰ ਇੱਕ ਵਾਰ ਹੀ ਲੈਂਡ ਕਰਕੇ ਜੇਕਰ ਇਸ ਜਹਾਜ਼ ਨੂੰ ਰੀਫਿਊਲ ਕਰ ਲਿਆ ਜਾਵੇ ਤਾਂ ਉਸ ਤੋਂ ਬਾਅਦ ਕਿਸੇ ਹੋਰ ਜਗ੍ਹਾ ਦੇ ਉੱਪਰ ਇੱਕ ਦੋ ਸਟਾਪ ਲੈ ਕੇ ਉਹ ਕਿਊਬਾ ਦੇਸ਼ ਤੱਕ ਜਾ ਸਕਦੇ ਆ ਤੇ ਹਾਈਜੈਕਰ ਵੀ ਪਾਇਲਟ ਦੀ ਇਸ ਗੱਲ ਦੇ ਨਾਲ ਕਨਵਿੰਸ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਇਸ ਜਹਾਜ਼ ਨੂੰ ਫੁਕੋਕਾ 에ਅਰਪੋਰਟ ਦੇ ਉੱਪਰ ਉਤਰਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਆ ਪਰ ਜਦੋਂ ਹੀ ਇਹ ਜਹਾਜ਼ ਉਤਰ ਰਿਹਾ ਹੁੰਦਾ ਤਾਂ ਜਿੰਨੇ ਵੀ ਰੇਡੀਓ ਉਸ ਕਾਕਪਿਟ ਦੇ ਵਿੱਚ ਹੁੰਦੇ ਆ ਉਹ ਸਾਰੇ ਦੇ ਸਾਰੇ ਹਾਈਜੈਕਰ ਬੰਦ ਕਰ ਦਿੰਦੇ ਆ ਤੇ ਸਿਰਫ ਇੱਕ ਰੇਡੀਓ ਦੀ ਮਦਦ ਦੇ ਨਾਲ ਉਹ ਫੁਕੋਕਾ 에ਅਰਪੋਰਟ ਦੀ ATC ਦੇ ਨਾਲ ਸੰਪਰਕ ਦੇ ਵਿੱਚ ਆ ਕੇ ਉਹਨਾਂ ਨੂੰ ਕਹਿੰਦੇ ਆ ਕਿ ਉਹ ਜਾਪਾਨ ਦੇ ਟਰਾਂਸਪੋਰਟ ਮੰਤਰੀ ਦੇ ਨਾਲ ਗੱਲ ਕਰਨੀ ਚਾਹੁੰਦੇ ਆ ਤਾਂ ਟਾਕਾ ਮਾਰੋ ਤਾਂ ਵੀ ਉਹ ਨਾਂ ਦਾ ਜਿਹੜਾ ਹਾਈਜੈਕਰ ਹੁੰਦਾ ਉਹ ਜਾਪਾਨ ਦੇ ਟਰਾਂਸਪੋਰਟ ਮੰਤਰੀ ਦੇ ਨਾਲ ਗੱਲ ਕਰਦਾ ਉਹ ਉਹਨੂੰ ਦੱਸਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਜਹਾਜ਼ ਨੂੰ ਹਾਈਜੈਕ ਕੀਤਾ ਆ ਤੇ ਹੁਣ ਉਹ ਇਸ ਜਹਾਜ਼ ਨੂੰ ਕਿਊਬਾ ਦੇ ਵੱਲ ਲਿਜਾਣਾ ਚਾਹੁੰਦੇ ਆ ਪਰ ਕਿ ਜਹਾਜ਼ ਨੂੰ ਕਿਊਬਾ ਦੇ ਵੱਲ ਲਿਜਾਣ ਦੇ ਲਈ ਉਹਨਾਂ ਨੂੰ ਫਿਊਲ ਦੀ ਜ਼ਰੂਰਤ ਆ ਤਾਂ ਕਰਕੇ ਇਸ ਜਹਾਜ਼ ਨੂੰ ਰੀਫਿਊਲ ਕੀਤਾ ਜਾਵੇ ਜਲਦੀ ਤੋਂ ਜਲਦੀ ਪਰ ਜਾਪਾਨ ਦੇ ਵਿੱਚ ਉਸ 에어ਪੋਰਟ ਦੇ ਉੱਪਰ ਜਿਹੜੀ 에어ਪੋਰਟ ਅਥਾਰਟੀ ਹੁੰਦੀ ਆ ਉਹ ਇੰਨਾ ਹਾਈਜੈਕਰਾਂ ਨੂੰ ਕਨਵਿੰਸ ਕਰ ਲੈਂਦੇ ਆ ਕਿ ਕੁਝ ਕੁ ਯਾਤਰੀਆਂ ਨੂੰ ਇਸ 에어ਪੋਰਟ ਦੇ ਉੱਪਰ ਉਤਾਰ ਦੋ ਜਿਹੜੇ ਕਿ ਬਜ਼ੁਰਗਾਂ ਜਾਂ ਬੱਚੇ ਆ ਤੇ ਹਾਈਜੈਕਰ ਵੀ ਇਸ ਗੱਲ ਦੇ ਲਈ ਮੰਨ ਜਾਂਦੇ ਆ ਤੇ ਜਦੋਂ ਇਹ ਜਹਾਜ਼ ਰੀਫਿਊਲ ਹੁੰਦਾ ਨਾ ਤਾਂ ਉਸ ਤੋਂ ਬਾਅਦ ਹਾਈਜੈਕਰ ਪਾਇਲਟ ਨੂੰ ਕਹਿੰਦੇ ਆ ਕਿ ਹੁਣ ਇਸ ਜਹਾਜ਼ ਨੂੰ ਕਿਊਬਾ ਦੇ ਵੱਲ ਉਡਾ ਲਿਆ ਜਾਵੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕਿਊਬਾ ਦੇਸ਼ ਦੇ ਵਿੱਚ ਫਾਈਡਲ ਕਾਸਟਰੋ ਨਾਂ ਦਾ ਕਮਿਊਨਿਸਟ ਲੀਡਰ ਉਹਨਾਂ ਦੀ ਮਦਦ ਕਰੇਗਾ ਕਿਉ ਕਰਦਾ ਸੀ ਪਰ ਪਾਇਲਟ ਉਹਨਾਂ ਹਾਈਜੈਕਰਾਂ ਨੂੰ ਸਮਝਾਉਂਦਾ ਕਿ ਜੇਕਰ ਉਹਨਾਂ ਨੇ ਕਿਊਬਾ ਤੱਕ ਜਾਣਾ ਤਾਂ ਵੀ ਉਹਨਾਂ ਨੂੰ ਰਸਤੇ ਦੇ ਵਿੱਚ ਕਈ 에য়ারਪੋਰਟਸ ਦੇ ਉੱਪਰ ਉਤਰ ਕੇ ਇਸ ਜਹਾਜ਼ ਨੂੰ ਫਿਰ ਤੋਂ ਰੀਫਿਊਲ ਕਰਨਾ ਪਵੇਗਾ ਕਿਉਂਕਿ ਦੂਰੀ ਬਹੁਤ ਜ਼ਿਆਦਾ ਹੈ ਤੇ ਫਿਰ ਉਸ ਤੋਂ ਬਾਅਦ ਫਕੋਕਾ 에য়ারਪੋਰਟ ਦੇ ਉੱਪਰ ਹੀ ਇਹ ਹਾਈਜੈਕਰ ਆਪਣਾ ਮਨ ਬਦਲਦੇ ਆ ਤੇ ਉਹ ਪਾਇਲਟ ਨੂੰ ਕਹਿੰਦੇ ਆ ਕਿ ਹੁਣ ਇਸ ਜਹਾਜ਼ ਨੂੰ ਨਾਰਥ ਕੋਰੀਆ ਦੇ ਵੱਲ ਲਿਜਾਇਆ ਜਾਵੇ ਕਿਉਂਕਿ ਨਾਰਥ ਕੋਰੀਆ ਦੇ ਵਿੱਚ ਵੀ ਉਸ ਸਮੇਂ ਕਮਿਊਨਿਸਟ ਰਾਜ ਸੀਗਾ ਤਾਂ ਕਰਕੇ ਉਹ ਸੋਚਦੇ ਆ ਕਿ ਨਾਰਥ ਕੋਰੀਆ ਦੀ ਸਰਕਾਰ ਵੀ ਉਹਨਾਂ ਦੀ ਮਦਦ ਕਰੇਗੀ ਤੇ ਉਹ ਉਸ ਬਾਅਦ ਪਾਇਲਟ ਕਹਿੰਦੇ ਆ ਕਿ ਜੇਕਰ ਨਾਰਥ ਕੋਰੀਆ ਦੇ ਵੱਲ ਜਾਣਾ ਤਾਂ ਉਹਨਾਂ ਦੇ ਕੋਲ ਨਾਰਥ ਕੋਰੀਆ ਵੱਲ ਜਾਣ ਦਾ ਮੈਪ ਨਹੀਂ ਤਾਂ ਕਰਕੇ ਉਹਨਾਂ ਨੂੰ ਜਾਪਾਨ ਦੀ ਸਰਕਾਰ ਨੂੰ ਰਿਕਵੈਸਟ ਕਰਨੀ ਪਊਗੀ ਕਿ ਉਹ ਨਾਰਥ ਕੋਰੀਆ ਦਾ ਮੈਪ ਉਹਨਾਂ ਨੂੰ ਅਵੇਲੇਬਲ ਕਰਾ ਦੇਣਾ ਤੇ ਫਿਰ ਉਹ ਉਹਨਾਂ ਨੂੰ ਨਾਰਥ ਕੋਰੀਆ ਦੇ ਵੱਲ ਲੈ ਜਾਣਗੇ ਤੇ ਹਾਈਜੈਕਰ ਆਪਣੀਆਂ ਮੰਗਾਂ ਜਾਪਾਨ ਦੀ ਸਰਕਾਰ ਕੋਲ ਲੈ ਕੇ ਜਾਂਦੇ ਆ ਕਿ ਸਾਨੂੰ ਇੱਕ ਨਾਰਥ ਕੋਰੀਆ ਦਾ ਮੈਪ ਵੀ ਭੇਜਿਆ ਜਾਵੇ ਤੇ ਜਦੋਂ ਹੀ ਜਾਪਾਨ ਦੀ ਸਰਕਾਰ ਨਾਰਥ ਕੋਰੀਆ ਦਾ ਮੈਪ ਭੇਜਦੀ ਹੈ ਨਾ ਤਾਂ ਉਦੋਂ ਬਾਅਦ ਤਕਰੀਬਨ 21 ਯਾਤਰੀਆਂ ਨੂੰ ਇਸ ਜਹਾਜ਼ ਦੇ ਵਿੱਚੋਂ ਉਤਾਰ ਕੇ ਇਸ ਜਹਾਜ਼ ਨੂੰ ਨਾਰਥ ਕੋਰੀਆ ਦੇ ਵੱਲ ਉਡਾ ਲਿਆ ਜਾਂਦਾ ਤੇ ਜਿਹੜਾ ਹਾਈਜੈਕਰ ਟਾਕਾ ਮਾਰੋ ਤਾਮੀਆਂ ਸੀ ਉਹਨੂੰ ਲੱਗਦਾ ਸੀ ਕਿ ਜਦੋਂ ਹੀ ਉਹ ਨਾਰਥ ਕੋਰੀਆ ਦੇ ਵਿੱਚ ਪਹੁੰਚਣਗੇ ਤਾਂ ਨਾਰਥ ਕੋਰੀਆ ਦੇ ਵਿੱਚ ਉਹਨਾਂ ਦਾ ਬਹੁਤ ਸਵਾਗਤ ਹੋਵੇਗਾ ਕਿਉਂਕਿ ਨਾਰਥ ਕੋਰੀਆ ਦੇ ਵਿੱਚ ਵੀ ਕਮਿਊਨਿਜ਼ਮ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਤਾਂ ਕਰਕੇ ਇਹ ਜਿਹੜੇ ਹਾਈਜੈਕਰ ਸੀ ਜਿਹੜੇ ਕਿ ਆਪਦੇ ਆਪ ਨੂੰ ਜਪਾਨ ਰੈਡਾ ਆਰਮੀ ਦੇ ਮੈਂਬਰ ਦੱਸਦੇ ਸੀ ਉਹ ਬੜੇ ਖੁਸ਼ ਹੁੰਦੇ ਆ ਤੇ ਇਹ ਜਹਾਜ਼ ਜਦੋਂ ਨਾਰਥ ਕੋਰੀਆ ਦੇ ਵੱਲ ਜਾਣ ਦੇ ਲਈ ਉਡਾਨ ਭਰਦਾ ਤੇ ਇਸ ਤੋਂ ਬਾਅਦ ਜਦੋਂ ਇਹ ਫਲਾਈਟ ਨਾਰਥ ਕੋਰੀਆ ਦੇ ਸੌਥ ਕੋਰੀਆ ਦੇ ਬਾਰਡਰ ਤੇ ਪਹੁੰਚਦੀ ਆ ਤਾਂ ਸਡਨਲੀ ਇਸ ਪਲੇਨ ਦੇ ਉੱਪਰ ਨਾਲ ਗੋਲੀ ਚੱਲਣ ਲੱਗ ਜਾਂਦੀਆਂ ਕਿਉਂਕਿ ਇਹ ਜਿਹੜਾ ਪਲੇਨ ਸੀ ਇਹ ਨਾਰਥ ਕੋਰੀਆ ਦੇ ਮਿਲਟਰੀ ਜ਼ੋਨ ਦੇ ਵਿੱਚ ਸੀ ਤੇ ਇਸ ਪਲੇਨ ਦੇ ਉੱਪਰ ਨਾਰਥ ਕੋਰੀਆ ਦੇ ਫਾਈਟਰ ਪਲੇਨਸ ਗੋਲੀਆਂ ਚਲਾ ਰਹੇ ਸੀ ਤਕਰੀਬਨ 2 ਮਿੰਟ ਤੱਕ ਗੋਲੀਆਂ ਚੱਲਦੀਆਂ ਹਾਲਾਂਕਿ ਪਾਇਲਟ ਪਹਿਲਾਂ ਤੋਂ ਹੀ ਹਾਈਜੈਕਰਾਂ ਨੂੰ ਰਿਕਵੈਸਟ ਕਰ ਰਹੇ ਸੀ ਕਿ ਇਹ ਨਾਰਥ ਕੋਰੀਆ ਦਾ ਮਿਲਟਰੀ ਜ਼ੋਨ ਆ ਜੇਕਰ ਉਹ ਇਹਦੇ ਉੱਪਰ ਫਲਾਈ ਕਰਨਗੇ ਤਾਂ ਹੋ ਸਕਦਾ ਹੈ ਕਿ ਇੱਕ ਮਿਸਾਈਲ ਦੇ ਨਾਲ ਉਹਨਾਂ ਨੂੰ ਉਡਾ ਦਿੱਤਾ ਜਾਵੇ ਪਰ ਹਾਈਜੈਕਰ ਲਗਾਤਾਰ ਉਹਨਾਂ ਨੂੰ ਇਸੇ ਰੂਟ ਦੇ ਉੱਪਰ ਜਾਣ ਦੇ ਲਈ ਮਜਬੂਰ ਕਰਦੇ ਆ ਤੇ ਜਦੋਂ ਹੀ ਇਸ ਜਹਾਜ਼ ਦੇ ਉੱਪਰ ਗੋਲੀਆਂ ਚੱਲਣ ਲੱਗਦੀਆਂ ਤਾਂ ਤਕਰੀਬਨ 2 ਮਿੰਟਾਂ ਬਾਅਦ ਇਹ ਗੋਲੀਆਂ ਚੱਲਣੀਆਂ ਬੰਦ ਹੋ ਜਾਂਦੀਆਂ ਜਹਾਜ਼ ਨੂੰ ਕੋਈ ਵੀ ਡੈਮੇਜ ਨਹੀਂ ਹੁੰਦਾ ਪਰ ਇਸ ਗਲੀਆਂ ਚੱਲਣ ਦੇ ਵਿੱਚ ਵੀ ਜਾਪਾਨ ਦੀ ਸਰਕਾਰ ਦੀ ਇੱਕ ਚਾਲ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਮੈਪ ਜਾਪਾਨ ਦੀ ਸਰਕਾਰ ਨੇ ਪਾਇਲਟ ਦੇ ਲਈ ਭੇਜਿਆ ਸੀ ਉਸ ਮੈਪ ਦੇ ਉੱਪਰ ਪਾਇਲਟ ਨੂੰ ਨਾਰਥ ਕੋਰੀਆ ਦਾ 에ਅਰਪੋਰਟ ਨਹੀਂ ਲੱਭ ਰਿਆ ਸੀ ਜਦੋਂ ਹੀ ਉਹ ਮੈਪ ਨੂੰ ਬੜੇ ਧਿਆਨ ਦੇ ਨਾਲ ਦੇਖਦਾ ਤਾਂ ਜਾਪਾਨ ਦੀ ਸਰਕਾਰ ਨੇ ਬੜੀ ਹੀ ਚਲਾਕੀ ਦੇ ਨਾਲ ਛੁਪਾ ਕੇ ਇੱਕ ਰੇਡੀਓ ਫ੍ਰੀਕਵੈਂਸੀ ਲਿਖੀ ਹੁੰਦੀ ਆ ਉਸ ਮੈਪ ਦੇ ਉੱਪਰ ਤੇ ਜਦੋਂ ਫਲਾਈਟ ਦਾ ਪਾਇਲਟ ਉਸ ਫ੍ਰੀਕਵੈਂਸੀ ਦੇ ਉੱਪਰ ਆਪਣੇ ਰੇਡੀਓ ਨੂੰ ਸੈੱਟ ਕਰਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਇਸ ਸਮੇਂ ਨਾਰਥ ਕੋਰੀਆ ਦੀ ਜਗ੍ਹਾ ਜਪਾਨ ਦੇ ਮਿੱਤਰ ਦੇਸ਼ ਸਾਊਥ ਕੋਰੀਆ ਦੇ ਉੱਪਰ ਤੇ ਉਸ ਤੋਂ ਬਾਅਦ ਉਹ ਸਾਊਥ ਕੋਰੀਆ ਦੀ ATC ਦੇ ਨਾਲ ਜਦੋਂ ਸੰਪਰਕ ਦੇ ਵਿੱਚ ਆਉਂਦਾ ਤਾਂ ਉਸ ਪਾਇਲਟ ਨੂੰ ਦੱਸਿਆ ਜਾਂਦਾ ਕਿ ਉਹ ਇਸ ਤਰੀਕੇ ਦੇ ਨਾਲ ਰਿਐਕਟ ਕਰੇ ਕਿ ਉਹ ਨਾਰਥ ਕੋਰੀਆ ਦੇ 에ਅਰਪੋਰਟ ਦੇ ਉੱਪਰ ਲੈਂਡ ਕਰਨ ਵਾਲਿਆ ਤੇ ਜਦੋਂ ਇਹ ਫਲਾਈਟ ਆ ਫੁਕੋਕਾ 에ਅਰਪੋਰਟ ਤੋਂ ਨਾਰਥ ਕੋਰੀਆ ਦੇ ਲਈ ਡਾਨ ਭਰ ਰਹੀ ਹੁੰਦੀ ਆ ਉਨੇ ਹੀ ਸਮੇਂ ਦੇ ਵਿੱਚ ਉਸ 에ਅਰਪੋਰਟ ਦੇ ਉੱਪਰ ਸਾਰੇ ਦੇ ਸਾਰੇ ਸਿਸਟਮ ਨੂੰ ਚੇਂਜ ਕਰ ਦਿੱਤਾ ਜਾਂਦਾ ਜਿੰਨੀ ਵੀ ਸਾਊਥ ਕੋਰੀਆ ਦੇ ਉਸ 에ਅਰਪੋਰਟ ਦੀ ਅਥਾਰਟੀ ਹੁੰਦੀ ਆ ਉਹਨਾਂ ਸਾਰੇ ਆਫੀਸਰਜ਼ ਨੂੰ ਨਾਰਥ ਕੋਰੀਆ ਦੀ ਵਰਦੀ ਪਵਾ ਦਿੱਤੀ ਜਾਂਦੀ ਆ ਜਿੰਨੇ ਵੀ ਫਲੈਗਸ ਲੱਗੇ ਹੁੰਦੇ ਆ ਉਸ 에ਅਰਪੋਰਟ ਦੇ ਉੱਪਰ ਉਹ ਸਾਰੇ ਦੇ ਸਾਰੇ ਨਾਰਥ ਕੋਰੀਆ ਦੇ ਝੰਡੇ ਦੇ ਨਾਲ ਰਿਪਲੇਸ ਕਰ ਦਿੱਤੇ ਜਾਂਦੇ ਆ ਤੇ ਇਹਦੇ ਤੋਂ ਇਲਾਵਾ ਜਿੰਨੇ ਵੀ ਬੋਰਡ ਲੱਗੇ ਹੁੰਦੇ ਆ ਉਸ 에ਅਰਪੋਰਟ ਦੇ ਉੱਪਰ ਸਾਰੇ ਦੇ ਸਾਰੇ ਇਸ ਤਰੀਕੇ ਦੇ ਨਾਲ ਰੰਗ ਦਿੱਤੇ ਜਾਂਦੇ ਆ ਕਿ ਹਾਈਜੈਕਰ ਜੇਕਰ ਦੂਰੋਂ ਦੇਖਣ ਤਾਂ ਉਹਨਾਂ ਨੂੰ ਲੱਗੇ ਕਿ ਉਹ ਨਾਰਥ ਕੋਰੀਆ ਦੇ ਵਿੱਚ ਹੀ ਲੈਂਡ ਕੀਤੇ ਆ ਤੇ ਨਾਲ ਦੀ ਨਾਲ ਜਦੋਂ ਇਹ ਫਲਾਈਟ ਨੂੰ ਲੈਂਡ ਕਰਾਉਣ ਦੇ ਲਈ ਥੱਲੇ ਲਿਆਂਦਾ ਜਾਂਦਾ 에ਅਰਪੋਰਟ ਦੇ ਉੱਪਰ ਜਦੋਂ ਹੀ ਇਹ ਫਲਾਈਟ ਲੈਂਡ ਕਰਦੀ ਆ ਤਾ ਕੌਜਕ ਆਫੀਸਰ ਆਉਂਦੇ ਆ ਜਿਨ੍ਹਾਂ ਦੇ ਕੇ ਨਾਰਥ ਕੋਰੀਆ ਦੀ ਵਰਦੀ ਪਾਈ ਹੁੰਦੀ ਆ ਤੇ ਜਦੋਂ ਇਹ ਫਲਾਈਟ ਦਾ ਦਰਵਾਜ਼ਾ ਖੋਲਿਆ ਜਾਂਦਾ ਤਾਂ ਉਹ ਹਾਈਜੈਕਰਾਂ ਦਾ ਸਵਾਗਤ ਕਰਦੇ ਆ ਤੇ ਹਾਈਜੈਕਰ ਬੜੇ ਖੁਸ਼ ਹੁੰਦੇ ਉਹਨਾਂ ਨੂੰ ਲੱਗਦਾ ਕਿ ਉਹ ਸਕਸੈਸਫੁਲ ਹੋ ਗਏ ਆਪਣੇ ਮਿਸ਼ਨ ਦੇ ਵਿੱਚ ਪਰ ਉਹਨਾਂ ਨੂੰ ਅਸਲੀ ਗੇਮ ਦਾ ਨਹੀਂ ਪਤਾ ਸੀ ਉਹਨਾਂ ਨੂੰ ਤਾਂ ਲੱਗ ਰਿਹਾ ਸੀ ਕਿ ਉਹ ਨਾਰਥ ਕੋਰੀਆ ਦੇ ਵਿੱਚ ਲੈਂਡ ਕੀਤੇ ਜਦ ਕਿ ਉਹ ਸੀ ਸਾਊਥ ਕੋਰੀਆ ਦੇ ਵਿੱਚ ਤੇ ਜਦੋਂ ਹੀ ਉਹ ਹਾਈਜੈਕਰ ਸਾਰੇ ਆਉਂਦੇ ਆ ਤਾਂ ਉਹਨਾਂ ਨੂੰ ਰਿਕਵੈਸਟ ਕੀਤੀ ਜਾਂਦੀ ਆ ਕਿ 에ਅਰਪੋਰਟ ਦੇ ਉੱਪਰ ਇੱਕ ਹਰਡਲ ਦੇ ਵਿੱਚ ਜਾ ਕੇ ਉਹ ਆਪਣਾ ਸ਼ਾਵਰ ਲਾਈਨ ਤੇ ਜਾਂ ਖਾਣਾ ਪੀਣਾ ਖਾਣ ਦੇ ਲਈ ਤਿਆਰ ਰਹਿਣ ਤੇ ਇਹ ਸਾਰੇ ਦੀ ਸਾਰੀ ਯਾਤਰੀਆਂ ਦੀ ਜ਼ਿੰਮੇਵਾਰੀ ਹੁਣ ਨਾਰਥ ਕੋਰੀਆ ਦੇ ਉਹਨਾਂ ਪੁਲਿਸ ਆਫਸਰਾਂ ਦੀ ਆ ਤੇ ਉਸ ਤੋਂ ਬਾਅਦ ਜਦੋਂ ਹਾਈਜੈਕਰ ਆ ਕੇ ਵੈਨ ਦੇ ਵਿੱਚ ਬੈੰਦੇ ਆ ਤਾਂ ਉਹ ਨੋਟਿਸ ਕਰਦੇ ਆ ਕਿ ਇਹ ਜਿਹੜਾ ਪਲੇਨ ਆ ਵਾਪਸ ਹਵਾ ਦੇ ਵਿੱਚ ਉੱਡ ਜਾਂਦਾ ਤੇ ਜਦੋਂ ਤੱਕ ਉਹ ਰਿਐਕਟ ਕਰਦੇ ਉਦੋਂ ਤੱਕ ਬਹੁਤ ਲੇਟ ਹੋ ਗਿਆ ਸੀ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਨਾਰਥ ਕੋਰੀਆ ਦੇ ਵਿੱਚ ਨਹੀਂ ਉਹ ਸਾਊਥ ਕੋਰੀਆ ਦੇ ਵਿੱਚ ਲੈਂਡ ਕੀਤੇ ਸੀ ਤੇ ਬੜੀ ਹੀ ਚਲਾਕੀ ਦੇ ਨਾਲ ਜਾਪਾਨ ਦੀ ਸਰਕਾਰ ਨੇ ਇਹ ਸਹਾਇ ਹਾਈਜੈਕਿੰਗ ਨੂੰ ਰੋਕ ਦਿੰਦਾ ਸੀ ਬਿਨਾਂ ਕਿਸੇ ਵੀ ਯਾਤਰੀ ਦੇ ਕੋਈ ਵੀ ਸੱਟ ਲੱਗੇ ਬਿਨਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚੇ ਇਸ ਤਰੀਕੇ ਦੇ ਨਾਲ ਜਾਪਾਨ ਦੇ ਇਤਿਹਾਸ ਦੀ ਪਹਿਲੀ ਹਾਈਜੈਕਿੰਗ ਨੂੰ ناکਾਮਯਾਬ ਕਰ ਦਿੱਤਾ ਜਾਂਦਾ ਤੇ ਇਸ ਹਾਈਜੈਕਿੰਗ ਤੋਂ ਬਹੁਤ ਸਾਰੇ ਦੇਸ਼ਾਂ ਨੂੰ ਸਿੱਖਿਆ ਲੈਣ ਦੀ ਲੋੜ ਆ ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖੋਗੇ ਕਿਸ ਤਰੀਕੇ ਦੇ ਨਾਲ ਇੰਡੀਅਨ 에ਅਰਲਾਈਨ ਦਾ ਇੱਕ ਜਹਾਜ਼ ਹਾਈਜੈਕ ਕਰਕੇ ਕੰਧਾਰ 에ਅਰਪੋਰਟ ਦੇ ਉੱਪਰ ਲੈ ਜਾਂਦੇ ਆ ਤੇ ਉਦੋਂ ਬਾਅਦ ਇੰਡੀਆ ਦੀ ਸਰਕਾਰ ਕਿਸ ਤਰੀਕੇ ਦੇ ਨਾਲ ਇਸ ਜਹਾਜ਼ ਨੂੰ ਛਡਾਉਣ ਦੇ ਵਿੱਚ ਸਫਲ ਹੁੰਦੀ ਹੈ